ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਰਾ ਨਾਮ ਜਤਿੰਦਰ ਸਿੰਘ ਖੇਰਾ ਪ੍ਰੋਗਰਾਮ ਨਜ਼ਰੀਆ ਔਰ ਨਜ਼ਰੀਆ ਦੇ ਵਿੱਚ ਹਰ ਬਾਰ ਦੀ ਤਰ੍ਹਾਂ ਮੇਰੇ ਨਾਲ ਐਕਸਪਰਟ ਨੇ ਨਿਰਿੰਦਰ ਸੱਤੀ ਜੀ ਤੁਹਾਡਾ ਸਵਾਗਤ ਹੈ ਅੱਛਾ ਆਪਾਂ ਕੋਈ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇੱਕ ਗੱਲ ਕੀਤੇ ਬਿਗਿਨਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਨਹੀਂ ਕਰ ਸਕਦੇ ਜੀ ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਉਹ ਐਮ ਸੰਵਿਧਾਨ ਜਿਹੜਾ ਹੈ ਅੱਜ ਦੇ ਦਿਨ ਜਿਹੜਾ ਹੈ ਉਹ ਪੂਰਾ ਮੁਕੰਮਲ ਮੰਨਿਆ ਜਾਂਦਾ ਸੀ ਠੀਕ ਹੈ ਤਾਂ ਇਸ ਦਿਨ ਨੂੰ ਅਸੀਂ ਜਿਹੜਾ ਹੈ ਕਨਸਟੀਟਿਊਸ਼ਨ ਡੇ ਦੇ ਨਾਲ ਵੀ ਜਾਣਦੇ ਹਾਂ ਇਹਦੀ ਕੀ ਅਹਿਮੀਅਤ ਹੈ ਕੀ ਅੱਜ ਦੇ ਦਿਨ ਜਿਹੜਾ ਹੈ ਸੰਵਿਧਾਨ ਜਿਹੜਾ ਹੈ ਇਨਪਿੰਨ ਲਾਗੂ ਹੈ ਜਿਵੇਂ ਬਣਾਇਆ ਗਿਆ ਸੀ ਇਨਪਿੰਨ ਖੈਰਜੀ ਲੱਗੂ ਨਹੀਂ ਹੋਇਆ ਇੱਕ ਤਰ੍ਹਾਂ ਨਾਲ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੂੰ ਇਸ ਬਹਾਨੇ ਯਾਦ ਕੀਤਾ ਜਾਂਦਾ ਜੀ 26 ਨਵੰਬਰ 1949 ਨੂੰ ਸੰਵਿਧਾਨ ਮੁਕੰਮਲ ਹੋ ਕੇ ਇਹਨੂੰ ਜਾਨੀ ਕਿ ਮੰਨ ਲਿਆ ਗਿਆ ਸੀਗਾ ਸਵੀਕਾਰ ਕਰ ਲਿਆ ਗਿਆ ਕਿ ਇਹ ਭਾਰਤ ਦਾ ਸੰਵਿਧਾਨ ਹੈ ਦਰਸਲ ਲਾਗੂ ਅਗਲੇ ਬਰੇ ਜਾ ਕੇ 26 ਜਨਵਰੀ 1950 ਨੂੰ ਲਾਗੂ ਹੁੰਦਾ ਜਿਹਨੂੰ ਆਪਾਂ ਆਪਣਾ ਰਿਪਬਲਿਕ ਡੇ ਕਹਿੰਦੇ ਆ ਗਣਰਾਜ ਦਿਵਸ ਹੈ ਉਸ ਦਿਨ ਭਾਰਤ ਦਾ ਸੰਵਿਧਾਨ ਜਿਹੜਾ ਆ ਦੇਸ਼ ਤੇ ਲਾਗੂ ਹੁੰਦਾ ਹੈਗਾ ਸੋ ਅੱਜ ਦੇ ਦਿਨ ਸਮੁੱਚੀ ਟੀਮ ਨੂੰ 2 ਸਾਲ ਦਾ ਅਰਸਾ 2 ਸਾਲ ਤੋਂ ਵੱਧ ਸਮਾਂ ਔਰ ਲੱਗਿਆ ਸੀ ਇਹਦੀ ਤਿਆਰੀ ਦੇ ਵਿੱਚ ਤੇ ਸ਼ਾਇਦ ਪੂਰੇ ਆਲਮ ਦੇ ਵਿੱਚ ਸਭ ਤੋਂ ਲੰਮਾ ਲਿਖਤ ਕਨਸਟੀਟਿਊਸ਼ਨ ਆਪਣਾ ਹੀ ਹੈਗਾ ਸੋ ਅੱਜ ਦੇ ਦਿਨ ਉਹਨਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈਗਾ ਚਲੋ ਇਹ ਗਲਤ ਬਣਦੀ ਹੈ ਕਿ ਚਲੋ ਯਾਦ ਕਰਨਾ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸੋਚਣਾ ਉਹ ਤੁਰੇ ਸੀਗੇ ਉਹ ਸੋਚ ਜਿਹੜੀ ਹੈ ਮੈਂ ਅੱਗੇ ਵੀ ਇਨ ਬਿਨ ਇਸ ਵਾਰ ਲਈ ਵਰਤਿਆ ਸੀ ਕਿ ਉਹ ਉਦਾਂ ਹੀ ਲਾਗੂ ਕੀਤੀ ਹੈ ਕਿ ਨਹੀਂ ਕੀਤੀ ਹੁਣ ਤੱਕ ਜੋ ਆਪਾਂ ਦੇਖ ਰਹੇ ਹਾਂ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਗੱਲਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਸੰਘੀ ਟਾਂਚ ਆਇਆ ਸਾਡਾ ਦੇਸ਼ ਜਿਹੜਾ ਆ ਇੱਕ ਲੜੀ ਦੇ ਵਿੱਚ ਜਿਵੇਂ ਮੋਤੀ ਪਰੋਏ ਹੁੰਦੇ ਨੇ ਇਦਾਂ ਸਾਡੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਆ ਉਹ ਹੈਗੇ ਨੇ ਪਰ ਕਿਤੇ ਕਿਤੇ ਦੇਖਣ ਚਾਹੁੰਦਾ ਪਈ ਜਿਹੜੀ ਭਾਵਨਾ ਆ ਸੰਵਿਧਾਨ ਦੀ ਉਹਦੇ ਅਨਸਾਰ ਦੇਸ਼ ਚੱਲਦਾ ਨਹੀਂ ਲੱਗਦਾ ਹੈਗਾ ਸਤਿ ਸ੍ਰੀ ਅਕਾਲ ਜਦੋਂ ਚਲੋ ਹੁਣ ਅਸੀਂ ਸੰਵਿਧਾਨ ਬਾਰੇ ਗੱਲ ਹੀ ਕਰ ਰਹੇ ਆ ਸੰਵਿਧਾਨ ਜਿਹੜਾ ਕਹਿੰਦਾ ਹੈ ਕਿ ਤੁਹਾਨੂੰ ਹੱਕ ਹੈ ਤੁਸੀਂ ਜਿਹੜਾ ਹੈ ਮੁਜ਼ਾਹਰਾ ਕਰ ਸਕਦੇ ਹੋ ਜੇ ਤੁਹਾਨੂੰ ਲੋਕਤੰਤਰ ਦੇ ਵਿੱਚ ਕੋਈ ਚੀਜ਼ ਪਸੰਦ ਨਹੀਂ ਆ ਰਹੀ ਤੁਸੀਂ ਸਰਕਾਰ ਨੂੰ ਜਿਹੜਾ ਹੈ ਆਪਣੇ ਰੋਸ ਦੀ ਜਗਾ ਦੱਸ ਸਕਦੇ ਹੋ ਹੁਣ ਰੋਸ ਹੋ ਰਿਹਾ ਰੋਸ ਕਰਨ ਦਾ ਜਿਹੜਾ ਤਰੀਕਾ ਹੈ ਉਹ ਸਰਕਾਰਾਂ ਨੂੰ ਪਸੰਦ ਨਹੀਂ ਆ ਰਿਹਾ ਤੇ ਆਪਾਂ ਜੇ ਗੱਲ ਮੈਂ ਥੋੜਾ ਜਿਹਾ ਕਿਸਾਨੀ ਜਿਹੜਾ ਚੱਲ ਰਿਹਾ ਹੈ ਅੰਦੋਲਨ ਉਹਦੇ ਬਾਰੇ ਕਰ ਲਈਏ ਫਿਰ ਆਪਾਂ ਆਪਣੇ ਵਿਸ਼ੇ ਵੱਲ ਆਉਨੇ ਆ ਅ ਖੈਰਾ ਸਾਹਿਬ ਕੱਲ ਜਿਹੜੇ ਪੰਜਾਬ ਦੇ ਕਿਸਾਨ ਨੇ ਤੇ ਹੋਰ 500 ਜਥੇਬੰਦੀਆਂ 30 32 ਜਥੇਬੰਦੀਆਂ ਪੰਜਾਬ ਦੀਆਂ ਔਰ ਕੁੱਲ ਮਿਲਾ ਕੇ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਜਿਹੜੀ ਤਾਲਮਲ ਕਮੇਟੀ ਉਹਦੇ ਤਹਿਤ 500 ਜਥੇਬੰਦੀਆਂ ਦੇ ਕਿਸਾਨ ਪੂਰੇ ਮੁਲਕ ਚੋਂ ਦਿੱਲੀ ਵੱਲ ਨੂੰ ਚਾਲੇ ਪਾਏ ਆ ਜੀ ਉਹ ਸੰਵਿਧਾਨ ਦਿਵਸ ਤੇ ਹੀ ਦਿੱਲੀ ਪਹੁੰਚਣਾ ਚਾਹੁੰਦੇ ਸੀ ਜਾਨੀ ਕਿ ਅੱਜ ਦੇ ਦਿਨ 26 ਨਵੰਬਰ ਨੂੰ ਤਾਂ ਕਿ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਕਿ ਸੰਵਿਧਾਨ ਦੇ ਕਿਵੇਂ ਉਲਟ ਕੰਮ ਹੋ ਰਹੇ ਨੇ ਜੀ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਬਾਰਡਰ ਤੇ ਚਾਹੇ ਉਹ ਸ਼ੰਭੂ ਆ ਚਾਹੇ ਉਹ ਖਨੋਰੀ ਆ ਚਾਹੇ ਉਹ ਡੱਬ ਵਾਲੀ ਆ ਜੀ ਰੋਕਿਆ ਉਹਨਾਂ ਤੱਕਾ ਮੁਕੀ ਹੋਈ ਔਰ ਉਹਨਾਂ ਤੇ ਪਾਣੀ ਦੀਆਂ ਬਿਛਾੜਾਂ ਛੱਡੀਆਂ ਗਈਆਂ ਜੀ ਅਥਰੂ ਗੈਸ ਛੱਡੀ ਗਈ ਆ ਅੰਬਾਲਾ ਚ ਆਪਾਂ ਦੇਖ ਲਓ ਤੇ ਸੋ ਪਹਿਲੀ ਗੱਲ ਤੇ ਆਪ ਵੀ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੋਕਾਂ ਨੂੰ ਦਿੱਲੀ ਜਾਣ ਤੋਂ ਡੱਕਣ ਦਾ ਕੀ ਹੱਕ ਹੈ ਸੰਵਿਧਾਨ ਆਪਾਂ ਨੂੰ ਕੋਈ ਹੱਕ ਦਿੰਦਾ ਜਰਨੈਲੀਆਂ ਸੜਕ ਰੋਕੀ ਆ ਉਹਨੂੰ ਰੋਕਣ ਦਾ ਉਸ ਸੂਬੇ ਨੂੰ ਕੀ ਹੱਕ ਆ ਭਈ ਤੁਸੀਂ ਦੇਸ਼ ਵਾਸੀਆਂ ਨੂੰ ਰਾਜਧਾਨੀ ਨਹੀਂ ਜਾਣ ਦੇ ਦੇਣਾ ਚਾਹੁੰਦੇ ਕੇਸ ਆਧਾਰ ਤੇ ਨਹੀਂ ਜਾਣ ਦੇਣਾ ਚਾਹੁੰਦੇ ਕਿਉਂ ਉੱਥੇ ਜਿਹੜੀਆਂ ਸਰਹੱਦਾਂ 3 ਦਿਨ ਲਈ 25 26 27 ਨਵੰਬਰ ਲਈ ਸੀਲ ਕੀਤੀਆਂ ਸੋ ਐਸ ਵੇਲੇ ਜਿਹੜਾ ਦੇਸ਼ ਦਾ ਅੰਨ ਦਾਤਾ ਆ ਉਹ ਘੋਰ ਆਰਥਿਕ ਤੇ ਮਾਨਸਿਕ ਸੰਕਟ ਵਿੱਚ ਲੰਘ ਰਿਹਾ ਤੇ ਦੇਸ਼ ਦੀ ਹਕੂਮਤ ਨੂੰ ਕੇਂਦਰੀ ਹਕੂਮਤ ਨੂੰ ਚਾਹੀਦਾ ਪਈ ਉਹਦੀ ਜਿਹੜੇ ਦੁੱਖੜੇ ਆ ਉਹ ਸੁਣੀ ਜਾਣ ਔਰ ਜਿਹੜਾ ਮੁੱਖ ਤੌਰ ਤੇ ਮੁੱਦਾ ਆ ਜਿਹੜੇ ਕਾਲੇ ਖੇਤੀ ਕਾਨੂੰਨ ਨੇ ਦੇਸ਼ ਵਿੱਚ ਲਾਗੂ ਕੀਤੇ ਗਏ ਉਹਨਾਂ ਤੋਂ ਛੁਟਕਾਰਾ ਚਾਹੁੰਦੇ ਨੇ ਸਮੁੱਚੇ ਦੇਸ਼ ਦੇ ਜਿਹੜੇ ਕਿਰਤੀ ਧਰਿਆ ਜੀ ਤੇ ਉਹਨਾਂ ਨੂੰ ਵਾਪਸ ਲਿਆ ਜਾਵੇ ਘਟੋ ਘਟ ਜਿਹੜਾ ਆ ਸਾਜ਼ਗਾਰ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਜਾਵੇ ਤੇ ਤਵੱਜੋ ਜਿੰਨੀ ਛਤੀ ਦਿੱਤੀ ਜਾਏਗੀ ਉਨੀ ਛਤੀ ਠੀਕ ਹੈ ਮੈਂ ਰਾਤ ਸੋਚ ਰਿਹਾ ਸੀਗਾ ਕਿ ਆਪਾਂ ਆਪਣੇ ਘਰਾਂ ਦੇ ਕੋਜੀ ਬੈਡਸ ਵਿੱਚ ਪਏ ਆ ਤੇ ਜਿਹੜੇ ਪਹਿਲਾਂ ਵੀ ਸੱਪਾਂ ਦੀਆਂ ਸਿਰੀਆਂ ਮਿੱਧਦੇ ਆ ਤੇ ਜੇਠਾੜ ਦੀਆਂ ਧੁੱਪਾਂ ਸਹਿੰਦੇ ਨੇ ਉਹ ਸੜਕਾਂ ਤੇ ਠਰੀਆਂ ਰਾਤਾਂ ਦੇ ਵਿੱਚ ਬਾਹਰ ਬੈਠੇ ਹੈਗੇ ਆ ਕਿਤਨਾ ਕਿਤੇ ਦਿਲ ਬਹੁਤ ਦੁਖਦਾ ਜਦੋਂ ਅੱਜ ਸਵੇਰੇ ਅਸੀਂ ਦੇਖਿਆ ਕਿ ਫੜੋ ਫੜੀ ਹੋਣ ਡਈ ਆ ਪਾਣੀ ਦੇ ਉੱਪਰ ਛਾੜ ਆ ਆ ਪਰ ਉਹ ਗੱਲ ਹੋਈ ਕਿਤੇ ਨਿਬੜਦੀ ਆ ਕਿ ਜੇ ਅਸੀਂ ਉਹਨਾਂ ਬਿਨ ਜੜੀਆਂ ਚੀਜ਼ਾਂ ਜੜੀਆਂ ਐ ਸੰਵਿਧਾਨ ਦੀਆਂ ਨਹੀਂ ਮੰਨਦੇ ਉਹਦੀ ਅਸਲ ਸੋਚ ਨੂੰ ਨਹੀਂ ਮੰਨਦੇ ਤਾਂ ਫੇਰ ਲੋਕਤੰਤਰ ਜਿਹੜਾ ਹੈ ਉਹਨਾਂ ਮੂਲ ਭਾਵਨਾ ਦੇ ਉਲਟ ਜਾ ਰਹੇ ਆ ਜਾ ਰਹੇ ਆ ਚਲੋ ਸਤੀ ਸਾਹਿਬ ਇਹ ਤਾਂ ਕਿਸਾਨਾਂ ਜਿਹੜੀ ਗੱਲ ਸੀ ਪੰਜਾਬ ਦੀ ਗੱਲ ਸੀਗੀ ਹੁਣ ਤੁਹਾਨੂੰ ਸਿੱਧਾ ਅਸੀਂ ਅਰਜנטיਨਾ ਲੈ ਕੇ ਚੱਲਦੇ ਆ ਜੀ ਆ ਬੜੇ ਕੱਲ ਜਿਹੜੇ ਡੀਗੋ ਮਾਰਾਡੋਨਾ ਨੇ ਜੀ ਆ ਬ੍ਰਾਜ਼ੀਲ ਦੇ ਪਿੱਛੇ ਤੋਂ ਬਾਅਦ ਦੁਨੀਆ ਦੇ ਵਿੱਚ ਫੁੱਟਬਾਲ ਜਗਤ ਦੇ ਵਿੱਚ ਸਭ ਤੋਂ ਵੱਧ ਜਾਣਿਆ ਪਛਾਣਿਆ ਨਾਂ ਮਾਰਾਡੋਨਾ ਹੈ। ਮਾਰਾਡੋਨਾ 골 ਆਫ ਦਾ ਸੈਂਚਰੀ ਜਿਹੜਾ ਉਹ ਵੀ ਉਹਨਾਂ ਦੇ ਨਾਂ ਜਾਂਦਾ ਹੈਗਾ। ਜੀ ਤੇ ਵੱਡੀ ਗੱਲ ਇਹ ਆ ਭਈ ਉਹ ਫਿਦੇਲ ਕਾਸਤ్రో ਜੀ ਤੇ ਚੀ ਗਵੇਰਾ ਦੇ ਪ੍ਰਸ਼ੰਸਕ ਸਿਗੇ ਜੀ ਉਹਨਾਂ ਦੇ ਵੱਡੇ ਵੱਡੇ ਟੈਟੂ ਉਹਨਾਂ ਨੇ ਆਪਣੇ ਸਰੀਰ ਤੇ ਖਣਵਾਏ ਹੋਏ ਸੀ। ਔਰ ਇੱਕ ਵਾਰ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਇਹਨਾਂ ਨੂੰ ਆਪਣੇ ਸਰੀਰ ਤੇ ਨਹੀਂ ਚੱਕੀ ਫਿਰਦਾ ਦੋਵਾਂ ਆਗੂਆਂ ਨੂੰ ਮੈਂ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਆਪਣੇ ਦਿਲ 'ਚ ਵਸਾ ਕੇ ਜ਼ਿੰਦਗੀ ਕੱਟ ਰਿਹਾ ਔਰ ਬੜੇ ਅਫਸੋਸ ਦੀ ਗੱਲ ਆ ਵੀ ਕੱਲ੍ਹ ਉਹ 60 ਕੁ ਵਰਿਆਂ ਦੀ ਉਮਰ ਦੇ ਵਿੱਚ ਦਿਲ ਫੇਲ ਹੋ ਜਾਣ ਦੇ ਨਾਲ ਉਹਨਾਂ ਦੀ ਮੌਤ ਹੋਈ ਆ ਔਰ ਸਮੁੱਚੇ ਜਿਹੜਾ ਫੁੱਟਬਾਲ ਸਾਕਰ ਵਰਲਡ ਹੈ ਫੁੱਟਬਾਲ ਵਰਲਡ ਹੈ ਉਹਦੇ ਵਿੱਚ ਸੋਗ ਮਨਾਇਆ ਜਾ ਰਿਹਾ ਉਹਨਾਂ ਦੀ ਮੌਤ ਆ ਪਰ ਸੋਹੇ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਮੈਰੀਡੋਨਾ ਹੁਣਾਂ ਦੀ ਕਿ ਲੈਜੈਂਡ ਤਾਂ ਹਮੇਸ਼ਾ ਯਾਦ ਰਹਿੰਦੇ ਨੇ ਰਹਿਂਦੀ ਦੁਨੀਆ ਤੱਕ ਅਸੀਂ ਉਹਦਾ ਨਾਮ ਯਾਦ ਰੱਖਦੇ ਆ ਪਰ ਜਦੋਂ ਇਨਸਾਨ ਦੀ ਗੱਲ ਕੀਤੀ ਜਾਂਦੀ ਹੈ ਮੈਨੂੰ ਲੱਗਦਾ ਕਿ ਇਦਾਂ ਦਾ ਫਰਸਟ ਕਲਾਸ ਇਨਸਾਨ ਸ਼ਾਇਦ ਮੈਰੀਡੋਨਾ ਵਰਗਾ ਕੋਈ ਹਜੇ ਤੱਕ ਨਹੀਂ ਹੋਇਆ ਇਹ ਬਤੌਰ ਮਨੁੱਖ ਕਿਉਂਕਿ ਉਹ ਖੋਦੋਂ ਨਹੀਂ ਗਰੀਬੀ ਕੱਟੀ ਸੀ ਆਪਣੇ ਭਰਾ ਵੱਲੋਂ ਦਿੱਤਾ ਹੋਇਆ ਫੁੱਟਬਾਲ ਸਹਰਾਣੇ ਰੱਖ ਕੇ ਸੌਂਦਾ ਸੀ ਹਾਂ ਤੇ ਉਹਨੂੰ ਆਪਣੇ ਨਾ ਜਦਾਂ ਗਰਾਊਂਡ ਲੈਵਲ ਤੋਂ ਉੱਠਿਆ ਸੀਗਾ ਔਰ ਗਰੀਬੀ ਦੇਖੀ ਔਰ ਉਹਨੂੰ ਆਮ ਲੋਕਾਈ ਦੇ ਦੁੱਖਾਂ ਤਰਦਾਂ ਦਾ ਪਤਾ ਸੀ ਉਸ ਮਨੁੱਖ ਨੂੰ ਸੋ ਕਲਾ ਖਿਡਾਰੀ ਨਹੀਂ ਸੀਗਾ ਬਤੌਰ ਮਨੁੱਖ ਵੀ ਉਹ ਬਹੁਤ ਵੱਡਾ ਮਨੁੱਖ ਸੀ ਇਹ ਤੇ ਮੈਰੀਡੋਨਾ ਸਾਹਿਬ ਸੀ ਸ਼ਾਇਦ ਜਿਹੜੀ ਦੁਨੀਆ ਹੈ ਉਹ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਜਿਹੜਾ ਹੈ ਐਦਾਂ ਹੀ ਜਿਹੜਾ ਹੈ ਮਸ਼ਹੂਰ ਰਹੇਗਾ ਅਕਸਰ ਲੋਕੀ ਜਿਹੜੇ ਚੰਗੇ ਕੰਮ ਕਰਦੇ ਨੇ ਉਹਨੂੰ ਖਲਕਤ ਯਾਦ ਕਰਦੇ ਰਹਿੰਦੀ ਹੈ ਤੇ ਹੁਣ ਆਪਾਂ ਫਿਰ ਆਪਣੀ ਖਲਕਤਾਲ ਮੁੜਦੇ ਹਾਂ ਜਿਹੜੇ ਸ਼ਾਇਦ ਕੁਝ ਵੀ ਯਾਦ ਕਰਨਾ ਨਹੀਂ ਚਾਹੁੰਦੀ ਆਏ ਦਿਨ ਜਿਹੜਾ ਹੈ ਅਸੀਂ ਰਿੰਗ ਟਿਊਨ ਸੁਣਦੇ ਹਾਂ ਅਮਿਤਾਬਚਨ ਹੁਣਾਂ ਦੀ ਭਾਰੀ ਸਾਰੀ ਆਵਾਜ਼ ਹੈ ਉਹ बार-बार ਇਹ ਚੁਣੌਤੀ ਦੇ ਰਹੀ ਹੈ ਵੀ ਕਰੋਨਾ ਆ ਗਿਆ ਕਰੋਨਾ ਹੁਜੇ ਗਿਆ ਨਹੀਂ ਕਰੋਨੇ ਦੇ ਨਾਲ ਅਸੀਂ ਡਟ ਕੇ ਮੁਕਾਬਲਾ ਕਰਨਾ ਹੈ ਰਿੰਗਟੋਨਾਂ ਦੀ ਆਉਂਦੀ ਆ ਔਰ ਸਾਰੇ ਸੂਬਿਆਂ ਦੇ ਵਿੱਚ ਜੇ ਕੋਈ ਲੋਕਲ ਰੇਡੀਓਸ ਨੇ ਚਾਹੇ ਉਹ ਐਫਐਮ ਰੇਡੀਓ ਆ ਚਾਹੀ ਕੋਸ਼ੂਰ ਨੇ ਉੱਥੇ ਸਿਵਲ ਸਰਜਨਸ ਜਾਂ ਜਿਹੜੇ ਐਕਸਪਰਟ ਨੇ ਮੈਡੀਕਲ ਦੇ ਉਹਨਾਂ ਦੀ ਕੋਈ ਨਾ ਕੋਈ ਸੰਦੇਸ਼ ਸੁਣਾਇਆ ਜਾਂਦਾ ਵੀ ਭਾਈ ਇਦਾਂ ਨਹੀਂ ਇਦਾਂ ਬਿਧਾਰ ਕੋ ਪਰ ਖੈਰਾ ਜੀ ਐਸ ਵੇਲੇ ਦੇਸ਼ ਦੇ ਵਿੱਚ ਜਿਹੜਾ ਸੰਕਰਮਣ ਇਨਫੈਕਸ਼ਨ ਫੈਲਣ ਦੀ ਬਹੁਤ ਸਪੀਡ ਵਧ ਰਹੀ ਆ ਜੀ ਔਰ ਆਈ ਦਿਨ ਨਵੇਂ ਤੋਂ ਨਵੇਂ ਔਰ ਬਦ ਤੋਂ ਬਦ ਪੋਜ਼ਿਟਿਵ ਕੇਸਸ ਆ ਰਹੇ ਆ ਬਿਨਾਂ ਸ਼ੱਕ ਲੋਕ ਠੀਕ ਵੀ ਹੋ ਰਹੇ ਆ ਪਰ ਉਹਦੇ ਨਾਲ ਮੌਤਾਂ ਵੀ ਹੋ ਰਹੀਆਂ ਕਿਤੇ ਨਾ ਕਿਤੇ ਦੇਖੋ ਦੇਖੋ ਜੇ ਹੁਣ ਆਪਾਂ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਦੇ ਵਿੱਚ ਵੀ 1 ਦਸੰਬਰ ਤੋਂ ਜਿਹੜਾ ਹੈ ਉਹ ਨਾਈਟ ਕਰਫਿਊ ਲਾ ਦਿੱਤਾ ਕਿਉਂਕਿ ਜਿਹੜੇ ਕੇਸ ਆ ਰਹੇ ਨੇ ਉਹ ਬਹੁਤ ਐਕਸਟ੍ਰੀਮ ਕੇਸ ਆ ਰਹੇ ਨੇ ਉਹਨਾਂ ਦਾ ਜਿਹੜਾ ਹੈ ਕਹਿ ਲਈ ਕਿ ਮੌਤ ਦਰ ਚੜ੍ਹੀ ਹੈ ਉਹ ਥੋੜੀ ਜ਼ਿਆਦਾ ਹੈ ਪਹਿਲਾਂ ਨਾਲੋਂ ਫਿਰ ਜੇ ਆਪਾਂ ਹਿਮਾਚਲ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਹੈ ਕਰਫਿਊ ਲੱਗਾ ਹੋਇਆ ਹੈ ਐਂਡ ਜੇ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਜਿਹੜੀਆਂ ਛੇ ਜਿਹੜੀਆਂ ਛੇ ਸ਼ਹਿਰ ਨੇ ਉੱਥੇ ਦੇ ਸਟੈਟਿਸਟਿਕਸ ਨੇ ਉੱਥੇ ਕਰਫਿਊ ਲੱਗਿਆ ਹੋਇਆ ਹੈ ਤੇ ਇਹ ਕਿਤੇ ਮੈਂ ਉਹੀ ਕਹਿ ਰਿਹਾ ਕਿ ਬਾਰ-ਬਾਰ ਜੇ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਸਮਝ ਰਹੇ ਅਸੀਂ ਅੱਜਕੱਲ ਵੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਕਦੋਂ ਰਿੰਗਟੋਨ ਬੰਦ ਹੋਵੇ ਤੇ ਕਦੋਂ ਅਸੀਂ ਫੋਨ ਚੱਕ ਲਈਏ ਇੰਨਾ ਗੰਭੀਰ ਹੋ ਰਿਹਾ ਮਸਲਾ ਇੰਨੇ ਲੋਕ ਮਰ ਵੀ ਰਹੇ ਨੇ ਔਰ ਬਹੁਤ ਸਾਰੀਆਂ ਵੀਡੀਓ ਸਾਡੇ ਕੋਲੇ ਮਿਲਦੀਆਂ ਕਿ ਮੈਂ ਜੀਣਾ ਚਾਹੁੰਨਾ ਆ ਪਰ ਕਿ ਇਕ ਇਨਾ ਗੰਭੀਰ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਡਰ ਕਿਉਂ ਨਹੀਂ ਹੈ ਮੈਂ ਪਹਿਲਾਂ ਵੀ ਆਪਣੇ ਪ੍ਰੋਗਰਾਮ ਚ ਕਿਹਾ ਸੀ ਪੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਯੂਰ ਜੀ ਪੀ ਇਲਾਜ ਨਾਲੋਂ ਕਹਿੰਦੇ ਹੁੰਦੇ ਪਰਹੇਜ਼ ਚੰਗਾ ਅ ਪਰ ਲੋਕ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਜੇ ਆਪਾਂ ਪੰਜਾਬ ਦੀ ਗੱਲ ਕਰ ਰਹੀਏ ਪੀ ਸੰਡੇ ਮਾਰਕੀਟ ਲੱਗਦੀ ਆ ਗਰਮ ਕੱਪੜਿਆਂ ਦੀ ਐਤਕੀ ਸਿਆਲ ਵੀ ਕੁਛ ਛੇਤੀ ਆ ਗਿਆ ਠੰਡ ਛੇਤੀ ਉਤਰ ਆਈ ਉੱਥੇ ਕੋਈ ਕਿਤੇ ਧਿਆਨ ਨਹੀਂ ਦਿੱਤਾ ਜਾਂਦਾ ਚਾਹੇ ਉਹ ਅੰਮ੍ਰਿਤਸਰ ਹੋਵੇ ਲੁਧਿਆਣਾ ਹੋਵੇ ਪਟਿਆਲੇ ਦਾ ਮਾਰਕੀਟ ਹੋਵੇ ਚਾਹੇ ਉਹ ਜਲੰਧਰ ਦੀ ਹੋਵੇ ਜੀ ਅਖਬਾਰਾਂ ਚ ਖਬਰਾਂ ਵੀ ਲੱਗਦੀਆਂ ਥੋੜਾ ਉਹਨਾਂ ਨੂੰ ਹਲੂਣਾ ਵੀ ਦਿੱਤਾ ਜਾਂਦਾ ਫੋਟੋਆਂ ਛਾਪੀਆਂ ਜਾਂਦੀਆਂ ਪਿਆ ਦੇਖੋ ਬਿਨਾ ਮਾਸਕ ਤੋਂ ਲੋਕ ਕਿਵੇਂ ਤਰੇ ਫਿਰਦੇ ਆ ਨਾ ਤਾਂ ਦੁਕਾਨਦਾਰ ਕੋਈ احتیاط ਰੱਖਦੇ ਨਹੀਂ ਤੇ ਨਾ ਹੀ ਲੋਕ ਕੋਈ احتیاط ਰੱਖਦੇ ਨਹੀਂ ਹੁਣ ਕੀ ਆ ਤੇ ਹੁਣ ਸੁਪਰੀਮ ਕੋਰਟ ਨੇ ਇਹਦਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਨੇ ਨਾ ਸੁਗੋ ਮੋਟੋ ਨੋਟਿਸ ਲਿਆ ਹੈਗਾ ਜੀ ਕੁਝ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਸੰਕਰਮਣ ਵੱਧ ਰਿਹਾ ਤੇ ਉਹਨਾਂ ਨੇ ਸਟੇਟਸ ਰਿਪੋਰਟ ਸੂਬਾ ਸਰਕਾਰਾਂ ਤੋਂ ਮੰਗੀ ਆ ਵੀ ਦੱਸੋ ਭਾਈ ਹੁਣ ਤੱਕ ਕੀ ਤੁਹਾਡੇ ਤੁਹਾਡੇ ਸੂਬੇ ਦੇ ਵਿੱਚ ਸਥਿਤੀ ਆ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਸਟੇਟਸ ਨੇ ਇੱਕ ਤਾਂ ਮਹਾਰਾਸ਼ਟਰਾ ਹੋ ਗਈ ਦੂਸਰੀਆਂ ਕਿਹੜੀਆਂ ਸਟੇਟਸ ਨੇ ਮਹਾਰਾਸ਼ਟਰਾ ਹਰਿਆਣਾ ਆ ਪੰਜਾਬ ਆ ਤਾਮਿਲਨਾਡੂ ਵੀ ਤਾਮਿਲਨਾਡੂ ਆ ਯੂਪੀ ਆ ਸੋ ਮੋٹے ਤੌਰ ਤੇ ਇਹਨਾਂ ਸੂਬਿਆਂ ਦੀ ਜਿਹੜੀ ਆ ਸਟੇਟਸ ਰਿਪੋਰਟ ਸੁਪਰੀਮ ਕੋਰਟ ਨੇ ਪੇ ਹੁਣ ਤੱਕ ਦੀ ਕੀ ਸਥਿਤੀ ਆ ਕੀ ਇਹ احتیاط ਵਰਤੀ ਜਾ ਰਹੀ ਆ ਤੇ ਕਿੰਨੇ ਲੋਕ ਮਰੇ ਆ ਕਿੰਨੇ ਸੰਕਰਮਿਤ ਹੈ ਗਿਆ ਹਨ ਸਤਿ ਸ੍ਰੀ ਅਕਾਲ ਅਸੀਂ ਸਾਰੇ ਇਸ ਵਿਸ਼ੇ ਦੇ ਉੱਤੇ ਪੂਰੀ ਜਿਹੜੀ ਗੱਲਬਾਤ ਹੈ ਉਹ ਢੁੰਗਾਈ ਦੇ ਨਾਲ ਕਰਾਂਗੇ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬਲਾਂਗੇ ਬ੍ਰੇਕ ਤੇ ਉਸ ਬਾਅਦ ਪੰਜਾਬੀ ਯੂ ਐਸ ਏ ਚੈਨਲ ਦਾ ਸ਼ਾਨਦਾਰ ਉਪਰਾਲਾ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਚ ਲੇਟੈਸਟ ਕੀ ਚੱਲ ਰਿਹਾ ਹੈ ਅਮਰੀਕਾ ਦੀ ਸਿਆਸਤ ਕਿਦਾਂ ਰੰਗ ਬਦਲ ਰਹੀ ਹੈ ਇਹ ਸਭ ਜਾਣਨ ਲਈ ਦੇਖੋ ਪੰਜਾਬ ਮੇਲ ਯੂਐਸਏ ਚੈਨਲ ਦਾ ਸਪੈਸ਼ਲ ਸ਼ੋਅ ਯੂਐਸ ਇਮੀਗ੍ਰੇਸ਼ਨ ਐਂਡ ਫੌਂਡੈਕਸ ਵਿਦ ਅਟਾਰਨੀ ਐਟ ਲਾ ਜਸਪ੍ਰੀਤ ਸਿੰਘ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਜ਼ਰੀਆ ਸਤੀ ਸਾਬ ਜਦੋਂ ਅਸੀਂ ਗੱਲ ਕਰ ਰਹੇ ਹਾਂ ਫਿਰ ਕੋਰੋਨਾ ਦੇ ਬਾਰੇ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਿਹੜਾ ਹੈ ਤਖਤਾ ਪਲਟਦਾ ਨਜ਼ਰ ਨਹੀਂ ਆਉਂਦਾ ਇਹ ਤਖਤਾ ਸਿਆਸੀ ਨਹੀਂ ਹੈ ਇਹ ਕਰੋਨਾ ਵਾਲਾ ਸਤ ਹੈ ਪੂਰੀ ਵਾਹ ਲਾ ਦਿੱਤੀ ਹੈ ਪਰ ਅਜੇ ਵੀ ਕੇਸ ਜਿਹੜੇ ਨੇ ਇਉਂ ਦੇ ਤੇ ਉਹ ਨੇ ਪਹਿਲਾਂ ਦੇਖੋ ਦਿੱਲੀ ਚ ਪਹਿਲਾਂ ਬੜੀਆਂ ਮਤਾਂ ਬਹੁਤ ਸਾਰੀਆਂ ਮਤਾਂ ਹੋਈਆਂ ਕਾਬੂ ਵੀ ਪਾ ਲਿਆ ਗਿਆ ਫਿਰ ਥੋੜੇ ਕਿ ਚਿਰ ਦੇ ਠੰਡ ਠੰਡੋਲੇ ਬਾਅਦ ਹੁਣ ਫੇਰ ਉੱਥੇ ਜਿਹੜੇ ਕੇਸ ਆ ਉਹ ਵਧ ਰਹੇ ਆ ਮੋਤਾਂ ਵੀ ਵਧ ਰਹੀਆਂ ਨੇ احتیاط ਤਾਂ ਰੱਖੀ ਜਾ ਰਹੀ ਹੈ ਪਰ ਸਰਕਾਰ ਕੱਲੀ ਜਿਹੜੀ ਆ ਉਹ ਕੁਝ ਨਹੀਂ ਕਰ ਸਕਦੀ ਜਦ ਤੱਕ ਲੋਕਾਂ ਦਾ ਸਹਿਯੋਗ ਨਾ ਹੋਵੇ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਪਈ ਦੂਰੀ ਰੱਖਣੀ ਆ ਜਿਹੜੀ 6 ਫੁੱਟ ਇੱਕ ਦੂਜੇ ਤੋਂ ਦੂਰ ਰਹੋ ਕਟੋ-ਕਟ ਮਾਸਕ ਪਹਿਨੋ ਹੱਥ ਸਾਫ਼ ਰੱਖੋ ਜੇ ਇਹਨਾਂ ਦੋ ਤਿੰਨਾਂ ਮਤਲਬ ਜਿਹੜੇ ਆਪਾਂ ਪਰਹੇਜ਼ ਆ ਜੇ ਇਹ ਹੀ ਨਹੀਂ ਰੱਖ ਸਕਦੇ ਤਾਂ ਫੇਰ ਯਕੀਨਨਾਂ ਆ ਕਿ ਕੇਸ ਵੀ ਵਧਣਗੇ ਮੌਤਾਂ ਵੀ ਹੋਣਗੀਆਂ ਤਾਂ ਇੱਕ ਵਾਰੀ ਇਹ ਜਦੋਂ ਤੁਹਾਨੂੰ ਆਪਣੀ ਜਕੜ ਵਿੱਚ ਲੈ ਲੈਂਦੀ ਆ ਤਾਂ ਫਿਰ ਸੱਜੇ ਕੀਤੇ ਛੱਡਦੀ ਨਹੀਂ ਜਿਹੜੇ ਬੰਦੇ ਠੀਕ ਵੀ ਹੁੰਦੇ ਆ ਉਹਨਾਂ ਚ ਵੀ ਪਹਿਲਾਂ ਤਾਂ ਸਿਗਾ ਵੀ ਐਂਟੀਬਾਡੀਜ਼ ਬਣ ਜਾਂਦੇ ਆ ਹੁਣ ਲੇਟੈਸਟ ਜਿਹੜੀ ਆ ਖੋਜ ਆ ਉਹ ਇਹ ਆ ਵੀ ਉਹ ਦੁਬਾਰਾ ਸਰਗਮਤ ਹੁੰਦੇ ਨੇ ਡੈਥਸ ਵੀ ਮਤਲਬ ਦੁਬਾਰਾ ਦੂਜੀ ਵਾਰੀ ਬਿਮਾਰ ਹੋ ਕੇ ਮੌਤਾਂ ਵੀ ਹੋ ਜਾਂਦੀਆਂ ਸੋ ਤਰਨ ਗਗੋਈ ਤੁਸੀਂ ਦੇਖੋ ਇੱਕ ਸੂਬੇ ਦੇ ਅਸਾਮ ਦੇ ਮੁੱਖ ਮੰਤਰੀ ਵੀ ਰਹੇ ਆ ਉਹ ਗੱਲ ਉਮਰ ਦੀ ਨਹੀਂ ਹੁੰਦੀ ਕੱਲਾ ਨੌਜਵਾਨ ਜਿਹੜੇ ਆ ਉਹ ਵੀ ਬਿਮਾਰ ਹੋ ਰਹੇ ਆ ਦਰਮਿਆਨੀ ਉਮਰ ਦੇ ਲੋਕ ਵੀ ਤੇ ਵਡੇਰੀ ਉਮਰ ਦੇ ਲੋਕ ਵੀ ਬੱਚੇ ਵੀ ਜਿਹੜੇ ਆ ਇਹ ਇਸ ਤਰ੍ਹਾਂ ਨਹੀਂ ਪਈ ਜਿੱਦਾਂ ਪਹਿਲਾਂ ਸੀਗਾ ਵੀ ਜੀ ਇਹ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਲਪੇਟ ਦੇ ਵਿੱਚ ਲੈਂਦੀ ਆ ਪੰਜਾਬ ਦੇ ਵਿੱਚ ਨੌਜਵਾਨ ਡੀਐਸਪੀ ਕੋਲੀ ਸਾਹਿਬ ਜਿਹੜੇ ਆ ਉਹ ਸ਼ਾਇਦ ਪਹਿਲੇ ਅਫਸਰ ਸ਼ਿਕਾਰ ਹੋਏ ਸੀਗੇ ਹਨ ਤੇ ਲੁਧਿਆਣੇ ਉਹਨਾਂ ਦੀ ਮੌਤ ਹੁੰਦੀ ਆ ਸੋ ਇਹ ਹਾਲ ਦੀ ਘੜੀ احتیاط ਰੱਖਣ ਤੋਂ ਇਲਾਵਾ ਜਿਹੜਾ ਕੋਈ ਚਾਰਾ ਨਹੀਂਗਾ ਸਤਿ ਸ੍ਰੀ ਅਕਾਲ ਇਹ ਵੀ ਕਿਹਾ ਜਾਂਦਾ ਹੈ ਕਿ ਗਹੀਰਾ ਦੇਖ ਕੇ ਪੇਟ ਦੇਖ ਲੈਣੇ ਹਨ ਹਣਾ ਹੁਣ ਜੇ ਆਪਾਂ ਫਿਰ ਰਾਜਧਾਨੀ ਦੀ ਗੱਲ ਕਰ ਲਈਏ ਤੇ ਜੇ ਰਾਜਧਾਨੀ ਦਾ ਇਹ ਹਾਲ ਹੈ ਤੇ ਬਾਕੀ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤਾਂ ਫੇਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਹੁਣ ਫਿਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਵੀ ਜਿਹੜੇ ਆ ਕੇਸ ਵੱਧ ਰਹੇ ਆ ਹਰ ਜ਼ਿਲ੍ਹੇ ਤੋਂ ਨਿਤ ਨਵੀਂ ਰਿਪੋਰਟਾਂ ਆਉਂਦੀਆਂ ਨੇ ਤਾਂ ਜਿਹੜੇ ਸੀਐਮ ਸਾਹਿਬ ਆ ਉਹਨਾਂ ਨੇ ਪਹਿਲੀ ਦਸੰਬਰ ਤੋਂ ਇhtiyat ਵਜੋਂ ਰਾਤ ਦੇ 10 ਤੋਂ ਸਵੇਰੇ 5 ਵਜੇ ਤੱਕ ਦੁਬਾਰਾ ਕਰਫਿਊ ਲਾਉਣ ਦਾ ਐਲਾਨ ਕੀਤਾ ਹੈਗਾ ਤੇ ਉਹ 15 ਤਰੀਕ ਤੱਕ 15 ਦਸੰਬਰ ਤੱਕ ਚੱਲੇਗਾ ਤੇ ਫਿਰ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਉਸ ਪਿੱਛੋਂ ਫਿਰ ਜਿਹੜਾ ਆ ਅਗਲਾ ਜਿਹੜਾ ਕਦਮ ਚੁੱਕਿਆ ਜਾਏਗਾ ਦੋਨੋਂ ਕੀ ਲੱਗਦਾ ਕਿ ਪੰਜਾਬ ਦੇ ਲੋਕੀ ਜਿਹੜੇ ਨੇ ਉਹ ਦਿੱਲੀ ਨਾਲੋਂ ਅਵੇਅਰ ਨੇ ਪਹਿਲਾਂ ਜਦੋਂ ਆਪਾਂ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਕੈਪਟਨ ਹੁਣਾ ਨੇ ਦਿੱਲੀ ਨੂੰ ਕਿਹਾ ਸੀ ਵੀ ਭਾਈ ਜੇ ਕੋਈ ਨੀਡ ਹੋਈ ਜਾਂ ਕੋਈ ਲੋਡ ਹੋਈ ਤਾਂ ਸਾਨੂੰ ਦੱਸ ਦਿਓ ਅਸੀਂ ਖੜੇ ਹਾਂ ਜੀ ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕੀ ਦਿੱਲੀ ਦੇ ਨਾਲੋਂ ਜ਼ਿਆਦਾ ਅਵੇਅਰ ਨੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਆ احتیاط ਤਾਂ ਰੱਖਦੇ ਨੇ ਲੋਕ ਪਰ ਸਾਰੇ ਜਿਹੜੇ ਆ ਉਹ ਉਨੀ احتیاط ਨਹੀਂ ਰੱਖਦੇ ਜਿੰਨੀ ਰੱਖਣੀ ਚਾਹੀਦੀ ਆ ਹਾਂ ਬਿਨਾਂ ਸ਼ੱਕ ਦਿੱਲੀ ਨਾਲੋਂ ਇੱਥੇ ਕੇਸਸ ਘੱਟ ਨੇ ਸੋ ਔਰ ਜਿਹੜੇ ਵਧੇਰੇ ਕੇਸ ਆ ਉਹ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜ਼ਿਆਦਾ ਨੇ ਪਿੰਡੂ ਇਲਾਕਿਆਂ ਦੇ ਵਿੱਚ ਬਹੁਤ ਘੱਟ ਜਿਹੜੇ ਲੋਕ ਆ ਉਹ ਇਹਦੇ ਇਹਦਾ ਸ਼ਿਕਾਰ ਹੋ ਰਹੇ ਨੇ ਜੀ ਸੋ ਦੂਸਰਾ ਇਹ ਆ ਭਈ ਜਿਵੇਂ ਦਿੱਲੀ ਆ ਜਾਂ ਪੰਜਾਬ ਆ ਜਾਂ ਹੋਰ ਸੂਬੇ ਆ ਪਹਿਲਾਂ ਵੀ ਜਿਹੜੀਆਂ ਕੇਂਦਰ ਦੀਆਂ ਐਕਸਪਰਟ ਮੈਡੀਕਲ ਟੀਮਸ ਆਇਆ ਸੀ ਹੁਣ ਉਹ ਟੀਮਸ ਫੇਰ ਆ ਰਹੀਆਂ ਸੂਬਿਆਂ ਦੇ ਵਿੱਚ ਤੇ ਇਥੋਂ ਦੇ ਡਾਕਟਰ ਸਹਿਬਾਨ ਨੂੰ ਜਾਂ ਹੋਰ ਆ ਗਾਈਡਲਾਈਨਸ ਦੇ ਰਹੇ ਨੇ ਅੱਛਾ ਸਤੀ ਸਾਬ ਗੱਲ ਕਰਦੇ ਆ ਮਾਸਕ ਦੀ ਮਾਸਕ ਜਿਹੜਾ ਹੈ ਉਹ ਨੱਕ ਤੋਂ ਖਿਸਕਦਾ ਖਿਸਕਦਾ ਠੋਡੀ ਤੇ ਆ ਗਿਆ ਲੋਕਾਂ ਦਾ ਹੁਣ ਬਹੁਤਿਆਂ ਦਾ ਦੇਖਿਆ ਹੁੰਦਾ ਮਾਸਕ ਜਿਹੜਾ ਉਹ ਠੋਡੀ ਤੇ ਲੱਗਾ ਹੁੰਦਾ ਤੇ ਉਹ ਜਦੋਂ ਕਿਤੇ ਪੁਲਿਸ ਦੇ ਦੇਵੇ ਨਾਲ ਹੀ ਫੱਟ ਚਾੜ ਲੈਂਦੇ ਨੇ ਕਿਉਂਕਿ ਹੁਣ ਦੇਖੋ ਐ ਇਸ ਵੇਲੇ ਜੁਰਮਾਨਾ ਵੀ ਵਧਾਇਆ ਗਿਆ ਜੀ ਮਾਸਕ ਨਾ ਪਹਿਨਣ ਤੇ ਤਾਂ ਕਲਾ ਜੁਰਮਾਨਿਆਂ ਦੇ ਨਾਲ ਕੋਈ ਗੱਲ ਨਹੀਂ ਬਣਨੀ ਇਹ ਲੋਕਾਂ ਨੂੰ ਆਪ ਜਿਹੜਾ ਆ ਧਿਆਨ ਦੇਣਾ ਪੈਣਾ ਹੈਗਾ ਦੇਖੋ ਮੋٹے ਤੌਰ ਤੇ ਤਾਂ ਆਪਣੇ ਨੱਕਰਾ ਤੇ ਮੂੰਹ ਰਾ ਜਿਹੜੇ ਆ ਜਰਮਸ ਅੰਦਰ ਜਾਂਦੇ ਨੇ ਸੋ ਜੇ ਆਪਾਂ ਨੱਕ ਮੂੰਹ ਢੱਕੇ ਰੱਖਾਂਗੇ ਤਾਂ ਸੰਭਾਵਨਾ ਉਨੀ ਘਟੀ ਰਹਿੰਦੀ ਆ ਹੱਥ ਬਾਹਰ ਆਉਂਦੇ ਜਾਂਦੇ ਆ ਕਿਤੇ ਤਰਾਤਲ ਤੇ ਲੱਗਦੇ ਆ ਟੱਚ ਹੁੰਦੇ ਆ ਸਰਫੇਸ ਨੂੰ ਜਾਂ ਉਹਨਾਂ ਥਾਵਾਂ ਤੇ ਲੱਗਦੇ ਆ ਜਿੱਥੇ ਬਹੁਤ ਲੋਕ ਖਾਸ ਕਰਕੇ ਜਿਵੇਂ ਰੇਲਿੰਗਸ ਨੇ ਦਰਵਾਜ਼ੇ ਆ ਉਹ ਆਪਾਂ ਹੱਥ ਦੇ ਨਾਲ ਧੱਕਦੇ ਆ ਤੇ ਬਹੁਤੇ ਥਾਈ ਲੋਕ ਜਿਹੜੇ ਆ ਉਹ ਹੱਥ ਨਾਲ ਹੱਦੀ ਵਜਾਏ ਪੈਰ ਦੇ ਨਾਲ ਖੋਲਦੇ ਆ ਕਈ ਸਾਰੇ ਦਫ਼ਤਰਾਂ 'ਚ ਦੇਖਦਾ ਆਂ ਭਈ ਦਰਵਾਜ਼ੇ ਖੋਲ ਹੀ ਦਿੱਤੇ ਗਏ ਐ ਐਂਟ੍ਰੈਂਸ ਵਾਲੇ ਜਿਹੜੇ ਰਿਸੈਪਸ਼ਨਸ ਵਾਲੇ ਆ ਉੱਥੇ ਗਮਲਾ ਰੱਖ ਕੇ ਜਾਂ ਡੋਰ ਸਟਾਪਰ ਲਾ ਕੇ ਦਰਵਾਜ਼ੇ ਖੋਲ ਦਿੱਤੇ ਬਾਥਰੂਮਸ ਵਿੱਚ ਬਾਰ ਬਾਰ ਲੋਕ ਆਉਂਦੇ ਜਾਂਦੇ ਨੇ ਹਨਾ ਦਫ਼ਤਰਾਂ ਵਿੱਚ ਜਾਂ ਹੋਰਤਾਂਾਂ ਤੇ ਪਬਲਿਕ ਪਲੇਸਿਸ ਤੇ ਉੱਥੇ ਦਰਵਾਜ਼ੇ ਖੋਲ ਦਿੱਤੇ ਆ ਪਰ ਤਾਂ ਵੀ ਕਿਤੇ ਨਾ ਕਿਤੇ ਹੱਥ ਸਾਡੇ ਲੱਗਦੇ ਨੇ ਦੇਖੋ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖਣ ਨਾਲ ਔਰ ਮੂੰਹ ਟਾਕੇ ਰੱਖਣ ਨਾਲ ਤੇ ਜਿਹੜੀ ਸਮਾਜਿਕ ਦੂਰੀ ਆ ਸਮਾਜਿਕ ਦੂਰੀ ਤੋਂ ਭਾਵ ਪਈ ਇਹ ਨਹੀਂ ਮਿਲਣਾ ਗਿਲਣਾ ਨਹੀਂ ਪਰ ਤੁਸੀਂ ਵਿਥ ਰੱਖ ਕੇ 6 ਫੁੱਟ ਥੋੜਾ ਜਿਹਾ ਵਕਫੇ ਦੇ ਨਾਲ ਬੈਠੋ 2 ਗਾਜ ਵਕਫੇ ਦੇ ਨਾਲ ਬੈਠੋ ਸੋ ਇੰਨੀਕ ਦੂਰ ਤੱਕ ਇਹ ਆਮ ਜਿਹੜਾ ਆ ਜਰਮ ਮਾਰਕ ਕਰਦੇ ਆ ਹਵਾ ਦੇ ਵਿੱਚ ਤਾਂ ਇਹ ਇੰਨੀ ਕਹਤਿਆਤ ਰੱਖਣ ਵਾਲੀ ਜੇ ਬਚਾ ਹੁੰਦਾ ਤਾਂ ਲੋਕਾਂ ਨੂੰ ਜ਼ਰੂਰ ਇੱਧਰ ਜਿਹੜਾ ਆ ਧਿਆਨ ਦੇਣਾ ਚਾਹੀਦਾ ਸਤੀ ਸਾਬ ਚਲੋ ਆਪਾਂ ਮੈਂ ਦੂਸਰੇ ਮੁਲਕਾਂ ਦੀ ਵੀ ਹੁਣ ਗੱਲ ਕਰਾਂਗਾ ਪਰ ਉਸ ਤੋਂ ਪਹਿਲਾਂ ਮੈਂ ਆਪਣੀ ਸਰਕਾਰ ਦੀ ਗੱਲ ਕਰ ਲੈਣਾ ਤੁਹਾਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਬਣਦਾ ਰੋਲ ਅਦਾ ਕਰ ਰਹੀਆਂ ਨੇ ਬਿਨਾਂ ਸ਼ੱਕ ਸਰਕਾਰਾਂ ਜਿਹੜੀਆਂ ਆ ਲੋਕਾਂ ਨੂੰ ਚੌਕਸ ਕਰ ਰਹੀਆਂ ਆ ਅ ਔਰ ਬੱਦ ਤੋਂ ਬੱਦ ਟੈਸਟਾਂ ਦੀ ਗੱਲ ਹੈਗੀ ਆ ਟੈਸਟ ਹੋ ਰਹੇ ਆ ਲੋਕ ਇਦਾਂ ਦੀਆਂ ਵੀ ਖਬਰਾਂ ਆਉਂਦੀਆਂ ਭਈ ਜਿਹੜੀਆਂ ਮੈਡੀਕਲ ਟੀਮ ਪਿੰਡਾਂ ਚ ਟੈਸਟ ਲਈ ਗਈ ਆ ਜਾਂ ਕਿਸੇ ਬਾਜ਼ਾਰ ਚ ਟੈਸਟ ਲਈ ਗਈ ਆ ਤੇ ਹਮਲੇ ਲੋਕਾਂ ਦੇ ਹਮਲੇ ਦਾ ਸ਼ਿਕਾਰ ਹੋਈਆਂ ਹੈਗੀਆਂ ਤੇ ਜਾਂ ਲੋਕ ਘਰਾਣ ਤੋਂ ਚਲ ਜਾਂਦੇ ਨੇ ਜਾਂ ਆਸੇ ਪਾਸੇ ਹੋ ਜਾਂਦੇ ਆ ਵੀ ਟੈਸਟ ਨਹੀਂ ਕਰਾਉਣੇ ਜੇ ਆਪਾਂ ਟੈਸਟ ਹੀ ਨਹੀਂ ਕਰਾਵਾਂਗੇ ਤਾਂ ਪਤਾ ਕਿਵੇਂ ਲੱਗੂਗਾ ਜੇ ਟੈਸਟ ਕਰਾਉਂਦੇ ਆ ਮੰਨ ਲਓ ਪੋਜ਼ਿਟਿਵ ਵੀ ਕੋ ਆਉਂਦਾ ਹੈਗਾ ਤਾਂ ਉਹਦੇ بچਣ ਦੀ ਸੰਭਾਵਨਾ ਆ ਉਹ ਆਲਸ ਉਹਦਾ ਹੋਊਗਾ ਜਾਂ ਆਪਣੇ ਉਹ ਦਵਾਦਾਰੂ ਜਿਹੜਾ ਕੋਈ ਬੰਦਾ ਕਰੂਗਾ ਜੇ ਪਤਾ ਹੀ ਨਹੀਂ ਤਾਂ ਮਤਲਬ ਜਿਹੜੀ ਬਬਾ ਆ ਉਹ ਤੁਹਾਨੂੰ ਇੰਨਾਕ ਟਾ ਲੈਂਦੀ ਆ ਵੀ ਤੁਹਾਨੂੰ ਫਿਰ ਉੱਠਣ ਜੋਗਾ ਛੱਡਦੀ ਨਹੀਂ ਪਰ ਸਤੀ ਸਾਬ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸਦਾ ਮੇਰੇ ਪਿੰਡ ਪਹਿਲੀ ਗੱਲ ਤੇ ਕੋਈ ਟੈਸਟ ਲਈ ਨਹੀਂ ਆਇਆ ਜੀ ਔਰ ਜਦੋਂ ਮੈਂ ਐਕਚੁਅਲੀ ਮੇਰਾ ਇੱਕ ਮਿੱਤਰ ਹੈ ਉਹਦੇ ਪਿਤਾ ਜਿਹੜੇ ਨੇ ਉਹ ਪੰਜਾਬ ਪੁਲਿਸ ਚ ਨੇ ਜੀ ਤੇ ਉਹਨਾਂ ਦਾ ਟੱਬਰ ਜਿਹੜਾ ਹੈ ਉਹ ਐਕਚੁਅਲੀ ਕਹ ਲੋ ਕਿ ਉਹ ਐਸਆਈਸੀ ਤੇ ਉਹਨਾਂ ਦੇ ਪਿਤਾ ਜੀ ਨੂੰ ਜਿਹੜਾ ਹੈ ਕਰੋਨਾ ਹੋ ਗਿਆ ਜੀ ਤੇ ਉਹ ਉਹਨਾਂ ਦੀ ਫੈਮਿਲੀ ਦੇ ਜਿਹੜੇ ਟੈਸਟ ਨੇ ਉਹ 2 ਹਫ਼ਤੇ ਬਾਅਦ ਹੋਇਆ ਜੀ ਜਦ ਕੇ ਚਾਹੀਦਾ ਸੀ ਕਿ ਜਦੋਂ ਉਹਨਾਂ ਨੂੰ ਫੌਰੀ ਫੌਰੀ ਹੋਣਾ ਚਾਹੀਦਾ ਤੇ ਮੈਂ ਇਦਾਂ ਦਾ ਕਹਿ ਰਿਹਾ ਕਿ ਸਿਸਟਮ ਕਿਤੇ 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 ਦੇਖ ਉਕਾਈ ਤਾਂ ਹੁੰਦੀ ਹੈਗੀ ਪਰ ਆਪਾਂ ਐ ਨਹੀਂ ਕਹਿ ਸਕਦੇ ਵੀ ਬਿਲਕੁਲ ਹੀ ਇਸ ਤਰ੍ਹਾਂ ਹਰਥਾਂ ਹੀ ਹੋ ਰਿਹਾ ਇਹ ਚਲੋ ਇਹ ਮੇਰੀ ਕਹਾਣੀ ਆ ਸ਼ਾਇਦ ਮੈਨੂੰ ਲੱਗਿਆ ਕਿ ਇਹ ਜੇ ਮੇਰੇ ਨਾਲ ਸਾਡੇ ਨਾਲ ਹੋ ਰਿਹਾ ਕਿ ਜਦ ਕਿ ਸਾਡਾ ਪਿੰਡ ਤਾਂ ਬਹੁਤ ਨੇੜੇ ਆ ਸ਼ਾਇਦ ਹਾਂਜੀ ਲਾਸ਼ਾਂ ਬਦਲ ਰਹੀਆਂ ਲਾਸ਼ਾਂ ਬਦਲ ਰਹੀਆਂ ਕੱਲ ਪਰਸੋ ਖਬਰ ਆਈ ਸੀ ਪਈ ਬੰਦਾ ਇੱਕ ਜਿਹੜਾ ਆ ਉਹ ਕੈਮਕਾਮ ਆ ਤੇ ਉਹਦਾ ਉਹ ਜਿਹੜਾ ਜਿਹੜੇ ਉਹਦੇ ਆਖਰੀ ਰਸਮਾਂ ਆ ਜਿਹੜਾ 16 ਵਗੈਰਾ ਜਾਂ ਕੁਝ ਉਹ ਕਰਨ ਲੱਗੇ ਆ ਤੇ ਉਹ ਜਿਹੜਾ ਬੰਦਾ ਜਿੰਦਾ ਜਾਗਦਾ ਆ ਜਾਂਦਾ ਫਿਰ ਉਹ ਕਹਿੰਦੇ ਆ ਵੀ ਜਿਹਦਾ ਅਸੀਂ ਸੰਸਕਾਰ ਕੀਤਾ ਉਹ ਕੌਣ ਸੀ ਉਹ ਕੋਈ ਹੋਰ ਨਿਕਲਦਾ ਤੇ ਜਿਹੜਾ ਬੰਦਾ ਬਿਮਾਰੀ ਤੋਂ ਠੀਕ ਹੋ ਕੇ ਘਰ ਆ ਰਿਹਾ ਸੋ ਇਦਾਂ ਦੀ ਅੰਗਹਿਲੀ ਵੀ ਦੇਖਣ ਆਉਂਦੀ ਆ ਕਿਤੇ ਨਾ ਕਿਤੇ ਉਹ ਗੱਲ ਤੇ ਉਹੀ ਹੈ ਨਾ ਕਿ ਤੁਸੀਂ ਜਿਹ ਹੁਣ ਉਹ ਬਗਈ ਹੈ ਕਿ 22 ਮਾਰਚ ਨੂੰ ਅਸੀਂ ਲੋਕਡਾਊਨ ਦੇ ਵਿੱਚ ਪਏ ਸੀ ਉਦੋਂ ਵੀ ਸ਼ਾਇਦ ਕੋਈ ਸਿਸਟਮ ਨਹੀਂ ਸੀਗਾ ਸਿਸਟਮ ਸ਼ਾਇਦ ਹਜੇ ਵੀ ਜਿਹੜਾ ਮੈਨੂੰ ਲੱਗ ਮੈਨੂੰ ਇਹ ਲੱਗ ਰਿਹਾ ਕਿ ਹਜੇ ਵੀ ਪੂਰਾ ਸਿਸਟਮ ਡਿਵੈਲਪ ਨਹੀਂ ਹੋਇਆ ਜੀ ਉਹ ਬਿਲਕੁਲ ਕਿਤੇ ਨਾ ਕਿਤੇ ਘਾਟ ਹੈ ਪਰ ਤੁਸੀਂ ਦੇਖੋ ਭਾਵਨਾ ਆਪਾਂ ਜੇ ਕਹੀਏ ਵੀ ਵਲੰਟੀਅਰ ਨਹੀਂ ਗਏ ਜਾਂ ਡਾਕਟਰ ਸਹਿਬਾਨ ਕੰਮ ਨਹੀਂ ਕਰ ਰਹੇ ਜਾਂ ਜਿਹੜਾ ਮੈਡੀਕਲ ਦਾ ਪੈਰਾਮੈਡੀਕਲ ਸਟਾਫ ਆ ਦਿਨ ਰਾਤ ਲੱਗੇ ਹੋਏ ਆ ਬਿਮਾਰ ਵੀ ਹੋਇਆ ਉਹਨਾਂ ਚੋਂ ਲੋਕ ਮਰੇ ਵੀ ਨੇ ਪਰ ਜਦਾਂ ਆਪਾਂ ਕਹੀਏ ਨਾ ਵੀ ਜਦਾਂ ਫੂਲ ਪ੍ਰੂਫ ਇੱਕ ਪ੍ਰਬੰਧ ਹੁੰਦਾ ਉਹ ਉਹਦੀ ਹਾਲੇ ਅਜੇ ਤੱਕ ਵੀ ਘਾਟ ਆ ਉਹ ਤੁਹਾਡੀ ਗੱਲ ਠੀਕ ਆ ਬਿਲਕੁਲ ਪਈ ਹਾਲੇ 100% ਜਦਾਂ ਜਦਾਂ ਸਟੀਕ ਸਿਸਟਮ ਜਿਹੜਾ ਆ ਉਹ ਅਜੇ ਤੱਕ ਨਹੀਂ ਬਣਿਆ ਕਿਤਨੇ ਕਿਤੇ ਸਤੀ ਸਾਬ ਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਰਕਾਰ ਜਿਹੜਾ ਹੈ ਨਾ ਉਹ ਤਵਕੋ ਦੇਣੋਂ ਹਟ ਜਾ ਕਿਉਂਕਿ ਸਰਕਾਰ ਦੀ ਤਵਕੋ ਬਿਹਾਰ ਦੀ ਇਲੈਕਸ਼ਨ ਨਾਲ ਸਾਰੀ ਡੁੱਲ ਗਈ ਸੀ ਜੀ ਉਦੋਂ ਫਿਰ ਲੋਕਾਂ ਨੇ ਵੀ ਆਪਣਾ ਮੋਰਚਾ ਸਾਈਡ ਨੂੰ ਕਰ ਲਿਆ ਬਿਹਾਰ ਦੀ ਇਲੈਕਸ਼ਨ ਜਾਂ ਜਿਹੜੀਆਂ 22 ਇਲੈਕਸ਼ਨ ਸੀਗੀਆਂ ਤੇ ਉਹ ਕਿਤਨਾ ਕਿਤੇ ਉਦੋਂ ਮੋਦੀ ਸਾਹਿਬ ਵੀ ਇਨਐਕਟਿਵ ਨਹੀਂ ਸੀ ਨਹੀਂ ਤਾਂ ਉਹ ਹਰ ਹਫਤੇ ਆ ਜਾਂਦੇ ਸੀ ਭਾਈਓਰ ਬੈਹਨੋਂ ਕਰਨ ਤਾਂ ਉਹ ਕਿਤੇ ਨਾ ਕਿਤੇ ਸਿਨਸੈਰਿਟੀ ਜਿਹੜੀ ਆ ਉਹਨਾਂ ਚ ਵੀ ਹੁਣ ਨਜ਼ਰ ਨਹੀਂ ਆ ਰਹੀ ਬਿਲਕੁਲ ਉਹ ਉਹੋ ਜਿਹੀ ਕੋਈ ਗੱਲ ਦਿਖ ਨਹੀਂ ਰਹੀ ਹਾਲ ਦੀ ਘੜੀ ਹੈ ਨਾ ਚਲੋ ਹੁਣ ਆਪਾਂ ਆਪਣੇ ਮੁਲਕ ਤੋਂ ਹਟਦੇ ਹ ਕਿ ਆਪਣੇ ਮੁਲਕ ਤੇ ਜੋ ਹਾਲ ਹੈ ਹੀ ਸੋ ਹੈ ਹੀ ਜਿਹੜੇ ਬਾਹਲੇ ਮੁਲਕ ਨੇ ਜਿੱਥੇ ਅਮਰੀਕਾ ਚੋ ਹੱਲੇ ਹੁਣੇ-ਹੁਣੇ ਟਰੰਪ ਸਾਹਿਬ ਛੁੱਟੀ ਤੇ ਗਏ ਨੇ ਜੀ ਤੇ ਜਿਹੜੇ ਨਵੇਂ ਆਏ ਨੇ ਉਹ ਕਹਿੰਦੇ ਜੀ ਹਾਲ ਜਿਹੜੇ ਨੇ ਬਸੋ ਬਾਹਰ ਹੋ ਰਿਹਾ ਹੈ ਕੀ ਹਾਲ ਅਮਰੀਕਾ ਦੇ ਬਹੁਤ ਸਾਰੇ ਸੂਬਿਆਂ ਚੁੱਥੇ ਵੀ ਜਿਹੜਾ ਆ ਕਰਫਿਊ ਮੁੜ ਕੇ ਜਾਂ پابੰਦੀਆਂ ਲਾਈਆਂ ਜਾ ਰਹੀਆਂ ਹੈਗੀਆਂ ਜਿਵੇਂ ਗੈਵਨ ਨਿਊਸਮ ਨੇ ਗਵਰਨਰ ਕੈਲੀਫੋਰਨੀਆ ਉਹਨਾਂ ਨੇ ਵੀ ਕਰਫਿਊ ਲਾਇਆ پابੰਦੀਆਂ ਲਾਈਆਂ ਹੈਗੀਆਂ ਤਾ ਹਾਲ ਦੇਖੋ 33 ਕਰੋੜ ਜਿਹੜੀ ਆ 33 ਕਰੋੜ ਤੋਂ ਥੋੜੀ ਜੀ ਉੱਤੇ ਰੱਖ ਲਓ ਜੀ UN ਡਾਟਾ ਮੁਤਾਬਕ ਅੰਕੜਿਆਂ ਮੁਤਾਬਕ ਇੰਨੀ ਕੋਨਾਂ ਦੀ ਆਬਾਦੀ ਆ ਕਹਿ ਲਓ ਵੀ ਸਾਡੇ ਤੋਂ ਚੌਥਾ ਹਿੱਸਾ ਆਬਾਦੀ ਆ ਦੇਸ਼ ਦੀ ਤਾਂ ਉਹਦੇ ਚ 11 ਕਰੋੜ ਤੋਂ ਵੱਧ ਜਿਹੜੇ ਲੋਕ ਆ ਉਹ ਸੰਕਰਮਿਤ ਜਿਹੜੇ ਪੋਜ਼ਿਟਿਵ ਹੈਗੇ ਆ ਕਰੋਨਾ ਪੋਜ਼ਿਟਿਵ ਤੇ 2.5 ਲੱਖ ਤੋਂ ਵੱਧ 2,68,000 ਤੋਂ ਉੱਤੇ ਲੋਕ ਜਿਹੜੇ ਆ ਮਰ ਚੁੱਕੇ ਆ ਸੋ ਸਥਿਤੀ ਗੰਭੀਰ ਆ ਬਿਨਾ ਸ਼ੱਕ ਪਰ ਬਾਈਡਨ ਸਾਹਿਬ ਦੀ ਜਿਹੜੀ ਪ੍ਰਾਇੋਰਟੀ ਆ ਉਹ ਨੰਬਰ 1 ਤੇ ਕਰੋਨਾ ਤੇ ਨੰਬਰ 2 ਤੇ ਆਰਥਿਕਤਾ ਦੇਸ਼ ਦੀ ਤਾਂ ਲੱਗਦਾ ਪੀ ਹੌਲੀ ਹੌਲੀ ਸਾਰਾ ਕੁਝ ਠੀਕ ਹੋਏਗਾ ਤਾਂ ਮੈਨੂੰ ਇਹ ਆਪੇ ਇਕੱਲਾ ਅਮਰੀਕਾ ਵਿੱਚ ਹੀ ਨਹੀਂ ਤੁਸੀਂ ਉਧਰ ਅਪਸੋਡਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਸਿਗੇ 사ਦਕ ਮਹਿਦੀ ਹੋਰੀ ਉਹ ਚੜ੍ਹਾਈ ਕਰ ਗਏ ਨੇ ਸਾਬਕਾ ਰਾਸ਼ਟਰਪਤੀ ਨੇ ਉਥੋਂ ਦੇ ਡੋਨਲਡ 트ੰਪ ਉਹ ਪੋਜ਼ਿਟਿਵ ਆ ਗਏ ਸੀ ਫਿਰ ਜਿਹੜੇ ਪ੍ਰਾਈਮ ਮਿਨਿਸਟਰ ਨੇ ਯੂਕੇ ਦੇ ਜੀ ਬੋਰਿਸ ਜੌਨਸਨ ਉਹ ਜਿਹੜੇ ਆ ਉਹਨਾਂ ਨੂੰ ਦੂਜੀ ਵਾਰੀ ਹਸਪਤਾਲ ਜਾਣਾ ਪਿਆ ਇੱਕ ਵਾਰੀ ਵੈਂਟੀਲੇਟਰ ਤੇ ਰਹੇ ਆ ਪਹਿਲੀ ਵਾਰੀ ਸੋ ਇਹ ਇਦਾਂ ਦਾ ਤਾਂ ਹੈ ਨਹੀਂ ਕੋਈ ਗਰੀਬ ਅਮੀਰ ਮੁਲਕ ਆ ਜਾਂ ਸਗੋਂ ਜਿਹੜਾ ਯੂਰਪ ਵਗੈਰਾ ਆ ਹੁਣ ਉਥੇ ਅੱਜ ਥੈਂਕਸ giving day ਆ ਜੀ ਤਾਂ ਕਿੰਨੇ ਲੱਖ ਲੋਕ ਜਿਹੜੇ ਆ ਉਹ ਇੱਕ ਦੂਸਰੇ ਨੂੰ ਮਿਲ ਕੇ ਤੁਰੇ ਹੋਏ ਆ ਜੀ ਜੀ ਤੇ ਫਿਰ ਉਹ ਜਿਹੜੀਆਂ ਟੂਰਿਸਟ ਸਪots ਨੇ ਉਧਰ ਤੁਰੇ ਫਿਰਦੇ ਆ ਥਾਣਾ ਕਿ ਰਾਸ਼ਟਰਪਤੀ ਨੇ ਬਾਈਡਨ ਸਾਹਿਬ ਨੇ ਕਿਹਾ ਲੋਕਾਂ ਨੂੰ احتیاط ਰੱਖਣ ਨੂੰ ਸੁਭਾਈ ਗਵਰਨਰ ਜਿਹੜੇ ਆ ਉਹ ਲੋਕਾਂ ਨੂੰ ਬਾਰ ਬਾਰ ਅਪੀਲਾਂ ਕਰ ਰਹੇ ਆ ਵੀ ਭਾਈ ਤੁਸੀਂ ਆਪਣਾ ਵਿਚਾਰ ਰੱਖੋ ਪਰ ਮੈਨੂੰ ਲੱਗਦਾ ਭਈ ਯੂਰਪ ਦੇ ਵਿੱਚ ਬੀ ਅਣਗੈਲੀ ਵਰਤੀ ਗਈ ਬਹੁਤ ਸਾਰੀ ਲੋਕਾਂ ਵੱਲੋਂ ਤੇ ਅਮਰੀਕਾ ਚ ਉਹਦੇ ਤੋਂ ਵੱਧ ਜਿਹੜੀ ਹੈ ਅਣਗੈਲੀ ਹਨਾ ਨਾਲ ਦਾ ਮੁਲਕ ਹੈ ਕੈਨੇਡਾ ਉਹਨਾਂ ਨੇ ਕਿਸੇ ਹੱਦ ਤੱਕ ਕਾਬੂ ਵੀ ਪਾਇਆ ਹੋਇਆ ਔਰ ਕੇਸ ਵੀ ਘਟਿਆ ਮੌਤਾਂ ਵੀ ਘਟ ਹੋਈਆਂ ਫੈਟਲਿਟੀਜ਼ ਵੀ ਘਟ ਨੇ ਤੇ ਅਮਰੀਕਾ ਦੇ ਵਿੱਚ ਹਾਲ ਦੀ ਘੜੀ ਜਿਹੜੀ ਹੈ ਸਥਿਤੀ ਗੰਭੀਰ ਆ ਤਾਂ ਕਿਉਂਕਿ ਲੋਕ ਪ੍ਰੋਵਾਈਡ ਨਹੀਂ ਕਰ ਰਹੇ ਤੇ ਹਸਪਤਾਲਾਂ ਚ ਜਿਹੜੇ ਬੈੱਡ ਆ ਉਹ ਵੀ ਜਿਹੜੇ ਆ ਸ਼ਾਰਟ ਪੈ ਰਹੇ ਆ ਸੋ ਸਥਿਤੀ ਬਿਲਕੁਲ ਉੱਥੇ ਗੰਭੀਰ ਹੈ ਤੇ ਹਾਲ ਦੀ ਘੜੀ ਸਿਰਫ ਇੱਕੋ ਇੱਕ ਹੈਗਾ ਭਈ ਉਹ احتیاط ਰੱਖੀ ਜਾਵੇ ਸੋ ਤੇ ਅਬ ਇਹ ਤੇ ਚਲੋ ਗੱਲ ਅਸ ਜੀ ਕਿ ਕਰੋਨਾ ਜਿਹੜਾ ਹੈ ਉਹ ਗ੍ਰੀਨ ਬੋਲਰ ਜਿਹੜਾ ਆ ਅਮੀਰ ਮੁਲਕ ਨਹੀਂ ਦਿਖਦਾ ਹੁਣ ਦੇਖਿਓ ਕਿ ਫਾਈਜ਼ਰ ਵਰਗੀਆਂ ਦਵਾਈਆਂ ਵੀ ਜੜੀਆਂ ਨੇ ਉਹ ਜਾਤ ਹੋ ਰਹੀਆਂ ਨੇ ਜਿਨ੍ਹਾਂ ਦਾ ਵਿਤਰਣ ਜਿਹੜਾ ਉਹ ਕਹਿੰਦੇ ਕਿ 11 ਦਸੰਬਰ ਤੋਂ ਸ਼ੁਰੂ ਕਰਕੇ ਦਿੱਤਾ ਜਾਊਗਾ ਬਾਕੀ ਹੋਰ ਕਿੱਥੇ ਮੈਡੀਸਨ ਜਿਹੜੀ ਬਣ ਰਹੀ ਹੈ ਜਿਹੜੀ ਬਣ ਰਹੀ ਹੈ ਦੇਖੋ ਫਾਈਜ਼ਰ ਹੈ ਮੋਡਰਨਾ ਆ ਔਰ ਆਕਸਫੋਰਡ ਯੂਨੀਵਰਸਿਟੀ ਵਾਲੇ ਆ ਫਿਰ ਇਦਾਂ ਹੀ ਭਾਰਤ ਵਾਲਿਆਂ ਨੇ ਵੀ ਨੇੜੇ ਤੇੜੇ ਪੁੱਜੇ ਹੋਏ ਆ ਆਪਣਾ ਆਪਣਾ ਦੇਸ਼ ਤੇ ਰੂਸ ਵਾਲੇ ਆ ਉਹ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਦਵਾਈ ਆ 95% ਕਾਰਗਰ ਆ ਦੇਖੋ ਇਹ ਇੱਕ ਆਸ ਦੀ ਕਿਰਨ ਆ ਉਮੀਦ ਜਾਗੀ ਆ ਲੋਕਾਂ ਦੇ ਵਿੱਚ ਪਰ ਇਹ ਜਿਹੜੀ ਵੈਕਸੀਨੇਸ਼ਨ ਆ ਇਹ ਕਿੰਨਾ ਚਿਰ ਲਈ ਕਾਰਗਰ ਆ ਇਹ ਲਾਈਫ ਲੌਂਗ ਪੀ ਇੱਕ ਵਾਰੀ ਟੀਕਾ ਲੱਗ ਗਿਆ ਤੇ ਮੁੜ ਕੇ ਤੁਹਾਨੂੰ ਹੋਣੀ ਨਹੀਂ ਜਿਵੇਂ ਬਚਪਨ ਦੇ ਵਿੱਚ ਲੋਦੇ ਲੱਗਦੇ ਸੀ ਜਾਂ ਵੈਕਸੀਨੇਸ਼ਨ ਬੱਚਿਆਂ ਨੂੰ ਆਪਾਂ ਦਿੰਦੇ ਆ ਤਾਂ ਇਹ ਹੱਲੇ ਆਉਣ ਵਾਲੇ ਸਮੇਂ 'ਚ ਦੇਖਣ ਵਾਲੀਆਂ ਗੱਲਾਂ ਨੇ ਪਰ ਉਮੀਦ ਦੀ ਕਰਨ ਜਿਹੜੀ ਆ ਉਹ ਜਾਗੀ ਹੈ ਤੇ ਨਾਲ ਦੀ ਨਾਲ ਇਹ ਵੀ ਆ ਵੀ ਆਮ ਲੋਕਾਂ ਤੱਕ ਕਦੋਂ ਤੱਕ ਵੈਕਸੀਨ ਪੁੱਜਣੀ ਆ ਆਮ ਲੋਕਾਂ ਤੱਕ ਸਭ ਤੋਂ ਪਹਿਲੀ ਪ੍ਰਾਇਓਰਟੀ ਤਾਂ ਜਿਹੜੇ ਗੰਭੀਰ ਨੇ ਜਾਂ ਬਡੇਰੀ ਉਮਰ ਦੇ ਆ ਫੇਰ ਮੈਡੀਕਲ ਸਟਾਫ ਜਿਹੜਾ ਹੈਗਾ ਉਹਨਾਂ ਤੱਕ ਆਊਗੀ ਉਸ ਤੋਂ ਬਾਅਦ ਜਿਹੜੀ ਆ ਉਹ ਆਮ ਲੋਕਾਂ ਤੱਕ ਆਉਣੀ ਆ ਸੋ ਮੈਨੂੰ ਨਹੀਂ ਲੱਗਦਾ ਵੀ ਆਉਂਦੇ ਸਾਲ ਦੇ ਅੱਧ ਤੱਕ ਜਾ ਕੇ ਵੀ ਆਮ ਲੋਕਾਂ ਤੱਕ ਇਹਦੀ ਵੈਕਸੀਨ ਪੁੱਜੂਗੀ ਤਾਂ ਦੂਸਰਾ ਇਹ ਆ ਭਈ ਜਿਵੇਂ ਲੋਕਾਂ ਨੂੰ ਮੈਨੂੰ ਲੱਗਦਾ ਭਈ ਜਿਵੇਂ ਆਪਾਂ ਪਹਿਲੀ ਗੱਲ ਤੇ ਆ ਜਾਈਏ ਪੇ ਇਲਾਜ ਨਾਲੋਂ ਪਰਹੇਜ਼ ਚੰਗਾ ਹਾਲ ਦੀ ਘੜੀ ਪਰਹੇਜ਼ ਰੱਖਿਆ ਜਾਵੇ ਜੀ ਮਾਸਕ ਨਾਲ ਮੂੰਹ ਨੱਕ ਜਿਹੜਾ ਢੱਕੇ ਰੱਖਿਆ ਜਾਵੇ ਹੱਥ ਬਾਰ ਬਾਰ ਸਾਫ਼ ਕੀਤੇ ਜਾਣ ਤੇ ਜਿਹੜਾ ਬੈਠਣ ਉੱਠਣ ਦਾ ਤੇ ਮਿਲਣ ਜਾਣ ਦਾ ਵਕਫਾ ਰੱਖ ਕੇ ਮਿਲਿਆ ਗਿਆ ਜਾਵੇ ਤਾਂ ਅਗਲੀ ਗੱਲ ਇਹ ਆ ਵੀ ਸਾਡੇ ਆਪਣੇ ਦੇਸ਼ ਦੇ ਵਿੱਚ ਚਾਹੇ ਉਹ ਧਾਰਮਿਕ ਇਕੱਠ ਨੇ ਜੀ ਚਾਹੇ ਉਹ ਸੱਭਿਆਚਾਰਕ ਇਕੱਠਾ ਕੋਈ ਸਮਾਗਮ ਆ ਮੰਨ ਲਓ ਕੋਈ ਸਾਹਿਤਿਕ ਸਮਾਗਮ ਆ ਜਾਂ ਕੋਈ ਹੋਰ ਆ ਤੇ ਚਾਹੇ ਉਹ ਸਿਆਸੀ ਇਕੱਠ ਨੇ ਜੀ ਉਹਨਾਂ ਦੇ ਵਿੱਚ ਲੋਕ ਜਿਵੇਂ ਦਿਸ ਰਿਹਾ ਤੇ ਬਿਲਕੁਲ ਹੀ ਇਹਨਾਂ ਸਾਰੇ ਨਿਜਮਾਂ ਦੀਆਂ ਧੱਜੀਆਂ ੜਾ ਰਹੇ ਆ ਤੇ ਲੋਕਾਂ ਨੂੰ ਥੋੜੀ ਜੀ ਹੁਸ਼ ਕਰਨੀ ਚਾਹੀਦੀ ਆ ਤੇ ਮਨੁੱਖੀ ਜਨਮ ਬਹੁਤ ਦੁਰਲਭ ਹੈਗਾ ਤੇ ਇੱਕੋ ਵਾਰੀ ਕਹਿੰਦੇ ਬੰਦਾ ਜੰਮਦਾ ਤੇ ਮਰਦਾ ਹੈਗਾ ਤਾਂ ਇਹ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਇਹੋ ਜੀਆਂ ਬਵਾਵਾਂ ਦਾ ਸ਼ਿਕਾਰ ਹੋ ਕੇ ਮਰਨ ਲਈ ਨਹੀਂ ਹੁੰਦਾ ਹੁੰਦੀ ਤੇ ਇਸ ਕਰਕੇ ਲੋਕਾਂ ਨੂੰ ਆਪਣੇ ਬਿਲਕੁਲ ਚੌਕਸ ਰਹਿਣਾ ਚਾਹੀਦਾ احتیاط ਰੱਖਣੀ ਚਾਹੀਦੀ ਆ ਤੇ ਜ਼ਿੰਦਗੀ ਨੂੰ ਮੈਂ ਕਿਸੇ ਚੰਗੇ ਲੇਖੇ ਲਾਉਣ ਦੇ ਲਈ ਬਚਾ ਕੇ ਰੱਖਣਾ ਚਾਹੀ। ਸਤੀ ਸਾਬ ਜਾਣਦੇ ਜਾਣ ਤੇ ਮੇਰਾ ਸਵਾਲ ਤੁਸੀਂ ਕਿਹਾ ਕਿ ਸਿਆਸੀ ਇਕੱਠ ਹੋ ਰਹੇ ਨੇ ਤੇ ਖਾਸਾ ਰਸ ਪਿਆ ਰਿਹਾ। ਹੁਣ ਜੇ ਆਪਾਂ ਸਾਡੇ ਪੰਜਾਬ ਵਾਲਿਆਂ ਦਾ ਸੰਘਰਸ਼ ਕਹਿ ਲਈਏ ਜਿਹੜਾ ਦਿੱਲੀ ਨੂੰ ਕੂਚ ਕਰ ਗਿਆ ਹੈ। ਜੀ। ਉਹਦੀ ਗੱਲ ਕੀਤੀ ਜਾਵੇ ਤੇ ਉਹ ਵੀ ਇੱਕ ਤਰੀਕੇ ਦਾ ਇਕੱਠ ਹੈ। ਜੀ ਹੈ ਤਾਂ ਇਕੱਠ ਬਿਨਾਂ ਸ਼ੱਕ ਇਕੱਠ ਆ ਪਰ ਜਿਵੇਂ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਡਾਕਟਰ ਸਹਿਬਾਨ ਦਾ ਕਹਿਣਾ ਆ ਵੀ ਬਿਮਾਰੀ ਸਭ ਤੋਂ ਪਹਿਲਾਂ ਸਾਡੇ ਮਨ ਨੂੰ ਢਾਉਂਦੀ ਆ ਫਿਰ ਸਰੀਰ ਨੂੰ ਢਾਉਂਦੀ ਆ। ਤੇ ਜਿਹੜੇ ਇਹ ਇਕੱਠ ਨੇ ਉਹ ਲੋਕ ਬਿਲਕੁਲ ਹੀ ਡਰਦੇ ਨਹੀਂ ਕਿ ਸਾਨੂੰ ਕਰੋਨਾ ਹੋਏਗੀ ਤੁਸੀਂ ਦੇਖੋ ਕਿਤੇ ਕਿਸੇ ਨੇ ਮੂੰਹ ਨਹੀਂ ਢਕਿਆ ਹੋਇਆ ਤਾਂ ਮੈਨੂੰ ਲੱਗਦਾ ਉਹਨਾਂ ਜਿਹੜੀ ਦ੍ਰਿੜ ਇੱਛਾ ਸ਼ਕਤੀ ਆ ਉਹ ਵੀ ਤੁਹਾਨੂੰ ਕਿਸੇ ਹੱਦ ਤੱਕ ਬਿਮਾਰੀ ਤੋਂ ਬਚਾਉਂਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ احتیاط ਨਹੀਂ ਰੱਖਣੀ ਚਾਹੀਦੀ ਤੇ ਹੁਣ ਤਾਂ ਇਹੀ ਲੱਗਦਾ ਪਈ ਰੱਬ ਆਸਰੇ ਸਾਰਾ ਕੁਝ ਚੱਲ ਰਿਹਾ ਅੱਛਾ ਮੈਂ ਇਹ ਗੱਲ ਇਸ ਲਈ ਪੁੱਛੀ ਆ ਮੈਨੂੰ ਲੱਗ ਮੈਂ ਸਰਕਾਰ ਨੂੰ ਫਿਰ ਕਹਿਣਾ ਕਿ ਦੇਖੋ ਜੇ ਸਰਕਾਰਾਂ ਨੂੰ ਵੀ ਪਤਾ ਹੈ ਕਿ ਲੋਕ ਸੰਘਰਸ਼ ਹੈ ਲੋਕ ਸੰਘਰਸ਼ ਅਜੇ ਤਾਂ ਨਹੀਂ ਵਿੰਡਿਆ ਹੋਇਆ ਅਸੀਂ ਬੜੇ ਦਿਨਾਂ ਤੋਂ ਵਿੰਡਿਆ ਹੋਇਆ ਤੇ ਮੋਦੀ ਸਾਹਿਬ ਜਿਹੜੇ ਨੇ ਉਹ ਸਿਆਣੇ ਤਾਂ ਬਹੁਤ ਨਹੀਂ ਜੀ ਜੇ ਉਹ ਕਹ ਲਿਆ ਕਿ ਬਾਰ ਬਾਰ ਉਹ ਆ ਜਾਂਦੇ ਨੇ ਪਰ ਇਸ ਵਾਰ ਉਨ੍ਹਾਂ ਦੀ ਜਿਹੜੀ ਚੁੱਪਿਆ ਇਸ ਮਸਲੇ ਤੇ ਇਹਨੇ ਇਥੋਂ ਤੱਕ ਲਿਆਂਦਾ ਉਹ ਵੀ ਬਹੁਤ ਦੁਖਦਈ ਆ ਤੇ ਇੱਥੇ ਤੱਕ ਨੌਬਤ ਆਈ ਆ ਮੈਂ ਉਹੀ ਕਹਿ ਰਿਹਾ ਕਿ ਜੇ ਦੇਖੋ ਜੇ ਤੁਸੀਂ ਆਮ ਬੰਦੇ ਤਾਂ ਸੋਚ ਹੀ ਨਹੀਂ ਰਹੇ ਤੁਹਾਨੂੰ ਪਤਾ ਹੈ ਕਿ ਹੁਣ ਮਰਦੀ ਦੇ ਪ੍ਰਧਾਨ ਮੰਤਰੀ ਜਿਹੜਾ ਆ ਉਹ ਦੋ ਮਹੀਨਿਆਂ ਤੋਂ ਇੱਕ ਸੂਬੇ ਦੇ ਲੋਕ ਤੇ ਹੁਣ ਪੂਰੇ ਮੁਲਕ ਦੇ ਲੋਕ ਜਿਹੜੇ ਆ ਸੜਕਾਂ ਤੇ ਆ ਗਏ ਹੋਣ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਉਹ ਉਹਨੂੰ ਉਸ ਗੱਲ ਨੂੰ ਗੌੜੇ ਹੀ ਨਾ ਚੁੱਪੀ ਜਾਂਦੇ ਤੇ ਉਹ ਮਤਲਬ ਜਿਹੜੇ ਬੁੱਲ ਸਿਓ ਕੇ ਰੱਖਣ ਤਾਂ ਇਹ ਗੱਲ ਜਿਹੜੀ ਆ ਗਵਾਰਾ ਨਹੀਂ ਹੋ ਸਕਦੀ ਕਿਸੇ ਨੂੰ ਵੀ ਸ਼ਾਇਦ ਇਹ ਗੱਲ ਪੂਰੇ ਪੰਜਾਬ ਨੂੰ ਗੁਵਾਰਾ ਨਹੀਂ ਹੈ ਪੰਜਾਬੀਆਂ ਨੂੰ ਗੁਵਾਰਾ ਨਹੀਂ ਹੈ ਔਰ ਹਰ ਕੋਈ ਕੀਰਤੀ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਰਨਰ ਦੇ ਵਿੱਚ ਬੈਠਾ ਹੈ ਕਿਸੇ ਵੀ ਨੁਕਰੇ ਲੱਗਾ ਹੈ ਉਹਨੂੰ ਵੀ ਇਹ ਗੁਵਾਰਾ ਨਹੀਂ ਹੋਣਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੀਆਂ ਆਵਾਮ ਦੀ ਗੱਲ ਨਾ ਸੁਣੀ ਜਾਵੇ ਨਜ਼ਰੀਏ ਦੇ ਵਿੱਚ ਅਸੀਂ ਹੋਰ ਵੀ ਪਿਛੇ ਉੱਤੇ ਗੱਲਬਾਤ ਕਰਦੇ ਰਾਵਾਂਗੇ ਸਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ